ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ। ਸਮਾਜ ਭਲਾਈ ਦਾ ਦਿੱਤਾ ਸੰਦੇਸ਼। ਨਵਾਂ ਸ਼ਹਿਰ ਦੇ ਪਿੰਡ ਭੀਣ ਦੇ ਨੌਜਵਾਨ ਦੀ ਟਿਕਟਾਂ ਲੈ ਕੇ PRTC ਦੀ ਬੱਸ ਵਿੱਚ ਗਈ ਬਰਾਤ ਇਲਾਕੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਾਲਤੂ ਖਰਚਿਆਂ ਨੂੰ ਘਟਾਉਣ ਅਤੇ ਧੀਆਂ ਵਾਲਿਆਂ ਉੱਪਰ ਕੋਈ ਬੋਝ ਨਾ ਪਾਉਣ ਦਾ ਸੁਨੇਹਾ ਦਿੰਦੀ 20 ਜਣਿਆਂ ਦੀ ਇਹ ਬਰਾਤ ਸਵੇਰੇ 6:20 ਤੇ ਨਵਾਂ ਸ਼ਹਿਰ ਤੋਂ PRTC ਦੀ ਬੱਸ ਵਿੱਚ ਸਵਾਰ ਹੋ ਕੇ ਰਵਾਨਾ ਹੋਈ ਅਤੇ ਸ਼ਾਮ 5:11 ਤੇ ਮੁੜ ਨਵਾਂ ਸ਼ਹਿਰ ਪਹੁੰਚੀ। ਇਸ ਮੌਕੇ ਬਰਾਤੀਆਂ ਨੇ ਹੱਥਾਂ ਵਿੱਚ ਸਮਾਜ ਭਲਾਈ ਦਾ ਸੰਦੇਸ਼ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਸੰਬੰਧੀ ਵਿਆਂਦੜ ਅਮਰਜੋਤ ਸਿੰਘ ਨੇ ਦੱਸਿਆ ਕਿ ਉਸਦੀ ਮੰਗਣੀ 2 ਸਾਲ ਪਹਿਲਾਂ ਅਮਨ ਸਹੋਤਾ ਵਾਸੀ ਪਿੰਡ ਮਾਣੂਕੇ ਜ਼ਿਲ੍ਹਾ ਲੁਧਿਆਣਾ ਜੋ ਕਿ ਕੈਨੇਡਾ ਦੀ ਵਸਨੀਕ ਹੈ ਨਾਲ ਹੋਈ ਸੀ ਅਤੇ ਉਹਨਾਂ ਦੋਵਾਂ ਨੇ ਸਾਦਾ ਵਿਆਹ ਕਰਵਾਉਣ ਲਈ ਸਹਿਮਤੀ ਜਤਾਈ ਸੀ। ਹਾਂਜੀ, ਜੈ ਇਨਸਾਨ ਦੋਸਤੋ, ਮੇਰਾ ਨਾਮ ਅਮਰਜੋਤ ਸਿੰਘ, ਮੈਂ ਪਿੰਡ ਭੀਣ ਤੋਂ ਹੀ ਬਿਲੋਂਗ ਕਰਦਾ ਹਾਂ ਔਰ ਮੇਰੀ ਵਾਈਫ ਅਮਨ ਸਹੋਤਾ ਜੋ ਕਿ ਕੈਨੇਡਾ ਤੋਂ ਆਏ ਨੇ 2 ਦਿਨ ਪਹਿਲਾਂ ਹੀ ਵਿਆਹ ਕਰਾਉਣ ਲਈ ਔਰ ਮੇਰਾ ਸਹੁਰਾ ਪਰਿਵਾਰ ਜੋ ਕਿ ਮਾਣੂਕੇ ਗਿੱਲ ਤੋਂ ਬਿਲੋਂਗ ਕਰਦੇ ਨੇ ਡਿਸਟ੍ਰਿਕਟ ਲੁਧਿਆਣਾ ਤੋਂ ਔਰ ਅੱਜ ਆਪਣੀ ਮੈਰਿਜ ਬੱਸ ਦੇ ਥਰੂ ਕਰਕੇ ਅਸੀਂ ਮਤਲਬ ਇੱਕ ਸੰਦੇਸ਼ ਵਧੀਆ ਇਹ ਦਿੱਤਾ ਹੈ ਕਿ ਸਾਦਗੀ ਨੂੰ ਮੁੱਖ ਰੱਖਦੇ ਹੋਏ ਔਰ ਖਰਚ ਤੋਂ ਬਚਦੇ ਹੋਏ ਇੱਕ ਸਿੰਪਲ ਸਾਦੇ ਤਰੀਕੇ ਨਾਲ ਇੱਦਾਂ ਵੀ ਵਿਆਹ ਹੋ ਸਕਦੇ ਨੇ ਔਰ ਸਾਡੀ ਹਰ ਵਾਰ ਤੋਂ ਹੀ ਕੋਈ ਨਾ ਕੋਈ ਐਕਟੀਵਿਟੀ ਰਹੀ ਹੈ ਜੋ ਸਮਾਜ ਨੂੰ ਸੇਧ ਦੇਣ ਲਈ ਹੋਵੇ। ਸਮਾਜ ਦੇ ਨਾਲ ਨਾਲ ਸਾਨੂੰ ਖੁਦ ਨੂੰ ਵੀ ਇਹ ਮਤਲਬ ਪ੍ਰੇਰਣਾ ਅਸੀਂ ਸਾਨੂੰ ਮਿਲਦੀ ਹੈ ਕਿ ਖਰਚੇ ਨੂੰ ਲੈ ਕੇ ਜਾਂ ਸਾਦਗੀ ਨੂੰ ਮੁੱਖ ਰੱਖਦੇ ਹੋਏ ਸਾਨੂੰ ਹਮੇਸ਼ਾ ਹੀ ਇਹ ਗੱਲਾਂ ਆਪਣੇ ਜੀਵਨ 'ਚ ਢਾਲਣੀਆਂ ਚਾਹੀਦੀਆਂ ਨੇ ਅਤੇ ਸਾਦਾ ਸ਼ਾਦੀਆਂ ਦੇ ਨਾਲ ਹੀ ਅਸੀਂ ਆਪਣੇ ਇੱਕ ਰਿਸ਼ਤਾ ਇਨਸਾਨੀਅਤ ਵੈਲਫੇਅਰ ਸੁਸਾਇਟੀ ਜੋ ਕਿ ਜਿਹਨਾਂ ਅਸੀਂ ਗਰੀਬ ਬੱਚਿਆਂ ਨੂੰ ਉਹਨਾਂ ਦੀ ਹੈਲਪ ਕਰਦੇ ਹਾਂ ਔਰ ਅੱਛੇ ਉਹਨਾਂ ਨੂੰ ਅਸੀਂ ਸੰਸਕਾਰ ਦੇ ਮਤਲਬ ਪ੍ਰਦਾਨ ਕਰਦੇ ਹਾਂ। ਅਸੀਂ ਮਤਲਬ ਜਿੰਨਾ ਚਿਰ ਸਾਹ ਦੀ ਲੜੀ ਹੈ ਅਸੀਂ ਇੱਦਾਂ ਹੀ ਮਤਲਬ ਸੰਦੇਸ਼ ਦੇਣ ਵਾਲੇ ਕੰਮ ਕਰਦੇ ਜਾਵਾਂਗੇ। ਕੱਲ੍ਹ ਜਿੱਦਾਂ ਲੱਖਾਂ ਹਜ਼ਾਰਾਂ ਖਰਚਾ ਕਰਕੇ ਲੋਕ ਰਿਸੈਪਸ਼ਨ ਪਾਰਟੀ 'ਤੇ ਆਪਣਾ ਖਰਚ ਕਰਕੇ ਆਪਣਾ ਕਰਜ਼ਾ ਚੜ੍ਹਾਉਂਦੇ ਨੇ, ਮੇਰਾ ਹਰ ਵਾਰ ਤੋਂ ਹੀ ਇੱਦਾਂ ਦਾ ਰਿਹਾ ਹੈ ਕਿ ਪਲੈਨ ਮੈਂ ਕੋਈ ਨਾ ਕੋਈ ਮਤਲਬ ਆਪਣੇ ਅਕੋਰਡਿੰਗ ਹੀ ਆਪਣੇ ਆਪ ਨੂੰ ਪੇਸ਼ ਕਰਨ ਇੱਕ ਮੌਕਾ ਹੈ ਮੈਨੂੰ ਵਿਆਹ ਦੇ ਜ਼ਰੀਏ ਜੋ ਮਿਲਿਆ ਹੈ ਮੈਂ ਬਹੁਤ ਮਾਣ ਮਹਿਸੂਸ ਕਰਦਾ। ਇਸ ਮੌਕੇ ਅਮਨ ਸਹੋਤਾ ਨੇ ਕਿਹਾ ਕਿ ਅਮਰਜੋਤ ਦੀ ਸੋਚ 'ਤੇ ਉਸ ਨੂੰ ਮਾਣ ਹੈ। ਮੇਰਾ ਨਾਮ ਅਮਨ ਸਹੋਤਾ ਹੈ, ਮੈਂ ਇੱਥੋਂ ਪੰਜਾਬ ਤੋਂ ਮਾਣੂਕੇ ਲੁਧਿਆਣਾ ਜ਼ਿਲ੍ਹਾ ਵਿੱਚ ਜੋ ਪਿੰਡ ਹੈ ਉੱਥੋਂ ਬਿਲੋਂਗ ਕਰਦੀ ਹਾਂ। ਬੇਸਿਕਲੀ ਨਾ ਮੈਂ ਕੈਨੇਡਾ ਦੇ ਵਿੱਚ ਹਾਂ, ਸਟੂਡੈਂਟ ਗਈ ਸੀ, ਹੁਣ ਵਰਕ ਪਰਮਿਟ 'ਤੇ ਹਾਂ ਅਤੇ ਬੜਾ ਹੀ ਪ੍ਰਾਊਡ ਫੀਲ ਹੋ ਰਿਹਾ ਹੈ ਸਭ ਦੇਖ ਕੇ, ਇਹਨਾਂ ਦੀ ਸੋਚ ਦੇ ਨਾਲ ਆਪਣੀ ਸੋਚ ਨੂੰ ਮਿਲਾ ਕੇ ਬੜਾ ਹੀ ਪ੍ਰਾਊਡ ਫੀਲ ਹੋ ਰਿਹਾ ਹੈ। ਬਸ ਇਹੀ ਮਤਲਬ ਮੇਰੀ ਇੱਛਾ ਜੋ ਮੇਰਾ ਇੱਕ ਮੋਟਿਵ ਰਹੇਗਾ ਲਾਈਫ ਦੇ ਵਿੱਚ ਕਿ ਮੈਂ ਇਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲਾਂ, ਇਹਨਾਂ ਦੇ ਹਰ ਕਦਮ 'ਚ ਆਪਣਾ ਕਦਮ ਨਾਲ ਮਿਲਾਵਾਂ।